ਆਪਕੀ ਸਰਕਾਰ ਆਪਕੇ ਦੁਆਰ ਬੈਨਰ ਹੇਠ ਧੂਰੀ ਵਿਖੇ ਵੱਖ ਵੱਖ ਬਾਣਾਂ ਵਿੱਚ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਅਤੇ ਉਹਨਾਂ ਦੇ ਕੰਮ ਮੌਕੇ 'ਤੇ ਕਰਵਾਏ ਜਾ ਰਹੇ ਹਨ। ਇਹਨਾਂ ਕੈਂਪਾਂ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਰਹਿੰਦੇ ਹਨ ਅਤੇ ਲੋਕਾਂ ਦੇ ਕੰਮ ਵੀ ਤੁਰੰਤ ਹੋ ਜਾਂਦੇ ਹਨ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਇਹ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਲੋਕਾਂ ਨੂੰ ਇੱਕ ਛੱਤ ਹੇਠ ਹੀ ਸਾਰੇ ਕੰਮ ਕਰਵਾਉਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਉਹਨਾਂ ਦੇ ਕੰਮ ਵੀ ਤੁਰੰਤ ਹੋ ਜਾਂਦੇ ਹਨ। ਉੱਧਰ ਇਹਨਾਂ ਕੈਂਪਾਂ ਵਿੱਚ ਕੰਮ ਕਰਵਾਉਣ ਵਾਲੇ ਲੋਕ ਵੀ ਸਰਕਾਰ ਦੀ ਤਾਰੀਫ ਕਰਦੇ ਨਹੀਂ ਥੱਕਦੇ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੰਮ ਬਹੁਤ ਜਲਦ ਹੋ ਰਹੇ ਹਨ ਅਤੇ ਉਹ ਖੱਜਲ ਖੁਆਰੀ ਤੋਂ ਵੀ ਬਚ ਰਹੇ ਹਨ। ਇਹ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ। ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਿਹੜੇ ਸਰਕਾਰ ਆਪਕੇ ਦੁਆਰ ਅਧੀਨ ਇਹ ਕੈਂਪ ਚੱਲ ਰਹੇ ਹੈ। ਧੂਰੀ ਵਿਖੇ ਅੱਜ ਸਨਾਤਨ ਧਰਮ ਟਰੱਸਟ ਵਿਖੇ ਕੈਂਪ ਹੈ। ਇੱਥੇ ਜਿਹੜੀ ਪਬਲਿਕ ਦੀਆਂ ਰੋਜ਼ਾਨਾ ਦੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ, ਛੋਟੇ ਛੋਟੇ ਕੰਮ ਹੈ, ਕੋਈ ਵੀ ਉਹਨਾਂ ਨੂੰ ਤੁਰਤ ਨਿਪਟਾਰੇ ਦੇ ਹੁਕਮ ਹੈ ਅਤੇ ਉਹ ਅਸੀਂ ਸਾਡੇ ਕੋਲ ਜੋ ਵੀ ਐਪਲੀਕੇਸ਼ਨ ਮੂਵ ਹੋਣੀ ਹੈ ਉਸੇ ਦਿਨ ਹੀ ਉਹਨਾਂ ਦਾ ਸ਼ਾਮ ਤੱਕ ਨਿਪਟਾਰਾ ਕੀਤਾ ਜਾਂਦਾ ਜਾਂ ਮੌਕੇ 'ਤੇ ਵੀ ਕੀਤਾ ਜਾਂਦਾ, ਨਹੀਂ ਤਾਂ ਆਫਿਸ ਜਾ ਕੇ ਕਰ ਦਿੱਤਾ ਜਾਂਦਾ। ਅਤੇ ਕੈਂਪ ਬਹੁਤ ਵਧੀਆ ਚੱਲ ਰਹੇ ਹਨ, ਬਹੁਤ ਅੱਛਾ ਰਿਸਪੋਂਸ ਹੈ, ਪੀਪਲਸ ਆ ਰਹੇ ਹੈ ਸਾਰੇ ਆਪਣੇ ਆਪਣੇ ਲੈ ਕੇ, ਕੋਈ ਵੀ ਜ਼ਰੂਰਤ ਅਨੁਸਾਰ ਉਹਨਾਂ ਦੇ ਨਿਪਟਾਰਾ ਹੋ ਰਿਹਾ ਹੈ। ਐਪਲੀਕੇਸ਼ਨਾਂ ਸਾਰੇ ਅਲੱਗ ਅਲੱਗ ਡਿਪਾਰਟਮੈਂਟਸ ਦੀਆਂ ਹੁੰਦੀਆਂ, ਉਹਦੇ ਲੋਕਲ ਗੌਰਮੈਂਟ ਬੈਠੀ ਹੈ, ਮਿਊਂਸਪਲ ਕਮੇਟੀ ਦੇ ਇੰਪਲਾਈ ਬੈਠੇ ਹੈ ਅਤੇ ਹੈਲਥ ਡਿਪਾਰਟਮੈਂਟ ਵਾਲੇ ਬੈਠੇ ਹੈ, ਉਹਨਾਂ ਦੀ ਅਲੱਗ ਅਲੱਗ ਸਭ ਦੀ ਆਪਣੀ ਆਪਣੀ ਉਹ ਹੈ। ਮੇਰੇ ਕੋਲ ਜ਼ਿਆਦਾ ਬੁਢਾਪਾ ਪੈਨਸ਼ਨ ਅਤੇ ਹਾਊਸਿੰਗ ਫੋਰ ਆਲ ਦੇ ਜਿਹੜੀ ਹੈਗੀਆਂ ਐਪਲੀਕੇਸ਼ਨ ਆਉਂਦੀਆਂ ਉਹਨਾਂ ਦਾ ਅਸੀਂ ਨਿਪਟਾਰਾ ਕਰ ਰਹੇ ਹਾਂ। ਕੈਂਪ ਬਾਰੇ ਕਹਿਣਾ ਚਾਹੁੰਦੇ? ਇਹ CM ਸਾਹਿਬ ਦੇ ਸੋਚ ਮੁਤਾਬਕ ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਸ਼ੁਰੂ ਕੀਤੇ ਨੇ ਪੰਜਾਬ ਸਰਕਾਰ ਵੱਲੋਂ। ਜਿਹੜੇ ਲੋਕ ਪਹਿਲਾਂ ਦਫ਼ਤਰਾਂ ਦੇ ਵਿੱਚ ਜਾ ਕੇ ਕੰਮਕਾਰ ਕਰਵਾਉਂਦੇ ਸੀ, ਸਰਕਾਰ ਦਾ ਫੈਸਲਾ ਹੈ ਵੀ ਇਹ ਲੋਕਾਂ ਦੇ ਘਰਾਂ ਤੱਕ ਜਾ ਕੇ ਲੋਕਾਂ ਦੇ ਜਿੱਥੇ ਉਹਨਾਂ ਦੀਆਂ ਨੇੜਤਾ ਨੇੜੇ ਦੀਆਂ ਰਹਿਸ਼ਾਂ ਨੇ ਉੱਥੇ ਜਾ ਕੇ ਉਹਨਾਂ ਦੇ ਸਾਰੇ ਕੰਮਕਾਰ ਉਹਨਾਂ ਦੇ ਕਰਵਾਏ ਜਾਣ। ਉੱਥੇ ਉਸ ਸੰਬੰਧ ਦੇ ਵਿੱਚ ਅੱਜ ਇੱਥੇ ਸਨਾਤਨ ਧਰਮ ਸਭਾ ਧੂਰੀ ਵਿੱਚ ਕੈਂਪ ਲਾਇਆ, ਇਹ ਤੋਂ ਪਹਿਲਾਂ ਵੀ ਕੈਂਪ ਲੱਗੇ ਨੇ। ਅੱਜ ਵਾਰਡ ਨੰਬਰ 9 ਦਾ ਕੈਂਪ ਇਹ ਲਾਇਆ, ਉਹਦੇ ਵਿੱਚ ਸਾਰੇ ਹੀ ਫੂਡ ਸਪਲਾਈ ਵੀ ਹੈ ਅਤੇ ਪੈਨਸ਼ਨ ਮਹਿਕਮਾ ਵੀ ਹੈ ਅਤੇ ਦੂਸਰੇ ਹੋਰ ਸਾਰੇ ਜਿੰਨੇ ਵੀ ਕੋਈ ਜ਼ਰੂਰੀ ਸਹੂਲਤਾਂ ਨੇ, ਜ਼ਰੂਰੀ ਲੋੜਾਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਮਹਿਕਮੇ ਆਏ ਨੇ ਅਤੇ ਸਾਰੇ ਹੀ ਉਹਨਾਂ ਦੇ ਇੱਥੇ ਕੰਮ ਬੈਠ ਕੇ MC ਸਾਹਿਬ ਵੀ ਸਾਰੇ ਆਏ ਨੇ, ਨਾਲ ਦੀ ਨਾਲ EO ਸਾਹਿਬ ਵੀ ਆਏ ਨੇ। ਜਿਸ ਕਿਸੇ ਨੂੰ ਜਿਹੜੀ ਚੀਜ਼ ਦੀ ਲੋੜ ਹੈ ਨਾਲ ਦੀ ਨਾਲ ਉਹਨਾਂ ਦੇ ਫਾਰਮ ਵੈਰੀਫਾਈ ਕਰਕੇ ਉਹਨਾਂ ਦੇ ਕੰਮ ਕਰਵਾਏ ਜਾ ਰਹੇ ਨੇ। ਆਪਣਾ ਸਰਕਾਰ ਆਪਕੇ ਦੁਆਰ ਦੇ ਤਹਿਤ ਜੋ ਲੜੀਵਾਰ ਸਾਰੇ ਵਾਰਡਾਂ ਵੱਖ ਵੱਖ ਵਾਰਡਾਂ ਵਿੱਚ ਧੂਰੀ ਵਿੱਚ ਕੈਂਪ ਲਗਾਏ ਜਾ ਰਹੇ ਹਨ, ਸਾਡੇ ਮੁੱਖ ਮੰਤਰੀ ਬਹੁਤ ਹੀ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਦੇ ਤਹਿਤ ਅੱਜ ਤੁਸੀਂ ਦੇਖ ਰਹੇ ਹੋ ਕਿਵੇਂ ਪਬਲਿਕ ਆਪਣੇ ਕੰਮਾਂ ਲਈ ਕੈਂਪਾਂ ਵਿੱਚ ਪਹੁੰਚ ਰਹੀ ਹੈ, ਕਿਉਂਕਿ ਪਹਿਲਾਂ ਦੀਆਂ ਸਰਕਾਰਾਂ ਵਿੱਚ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਸੀ, ਪਰ ਮਾਨ ਸਾਹਿਬ ਦੇ ਉੱਦਮ ਸਦਕਾ ਸਰਕਾਰ ਹੀ ਅੱਜ ਉਹਨਾਂ ਦੇ ਦੁਆਰ ਖੜ੍ਹੀ ਹੈ। ਉਹਨਾਂ ਦੇ ਸਾਰੀਆਂ ਕੋਈ ਵੀ ਸਰਟੀਫਿਕੇਟ ਜਾਂ ਕੋਈ ਇੰਤਕਾਲ ਹੈ, ਕੋਈ ਹੈਲਥ ਵਾਲਿਆਂ ਦਾ, ਕੋਈ ਬੈਂਕ ਵਾਲਿਆਂ ਦਾ ਕੰਮ ਹੈ, ਕੋਈ ਲੋਨ ਡਿਪਾਰਟਮੈਂਟ ਦਾ ਕੰਮ ਹੈ, ਉਹ ਇੱਥੇ ਮੌਕੇ 'ਤੇ ਹੀ ਹੋ ਰਿਹਾ ਹੈਗਾ। ਸਾਰੀਆਂ ਚੀਜ਼ਾਂ ਉਹਨਾਂ ਦਾ ਨਿਪਟਾਰਾ ਇੱਥੇ ਹੀ ਕੀਤਾ ਜਾ ਰਿਹਾ। ਕੋਈ ਸ਼ਿਕਾਇਤ ਹੈ ਅਤੇ ਕਿਸੇ ਸੀਵਰੇਜ ਬੋਰਡ ਦੀ, ਮਿਊਂਸਪਲ ਕਮੇਟੀ ਦਾ ਕੋਈ ਕੰਮ ਹੈ ਤਾਂ ਮੌਕੇ 'ਤੇ ਹੀ ਪੈਨਸ਼ਨ ਵਗੈਰਾ ਵੀ ਲਗਾਈਆਂ ਜਾ ਰਹੀਆਂ ਹਨ। ਇਹਦੇ ਨਾਲ ਲੋਕ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਹਨਾਂ ਨੂੰ ਬਹੁਤ ਸਹੂਲਤਾਂ ਮਿਲ ਰਹੀਆਂ ਹਨ।
ਆਉਣ ਵਾਲੇ ਸਮੇਂ ਵਿੱਚ ਦੇਖੋਗੇ ਤੁਸੀਂ ਪੰਜਾਬ ਦੀ ਨੁਹਾਰੀ ਬਦਲ ਦਿੱਤੀ ਜਾਊਗੀ। ਜਿਵੇਂ ਮਾਨ ਸਾਹਿਬ ਫੈਸਲੇ ਲੈ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਨੇ, ਅਤੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਸਕੂਲਾਂ ਦਾ ਅਤੇ ਐਜੂਕੇਸ਼ਨ ਹੈਲਥ ਦਾ ਬਹੁਤ ਹੀ ਵਧੀਆ ਧੂਰੀ ਵਿੱਚ ਵਿਸਤਾਰ ਹੋ ਰਿਹਾ ਹੈ। ਹੋਸਪਿਟਲ ਦਾ ਵੀ ਨਵੀਨੀਕਰਨ ਹੋ ਰਿਹਾ ਹੈ, ਸਕੂਲਾਂ ਦਾ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਟੀਚਰਾਂ ਦੀਆਂ ਜਿਹੜੀਆਂ ਹੁਣ ਸੇਵਾਵਾਂ ਨੇ ਬੱਚਿਆਂ ਨੂੰ ਮਿਲ ਰਹੀਆਂ ਨੇ ਅਤੇ ਉਹ ਬਹੁਤ ਹੀ ਵਧੀਆ ਰਿਜ਼ਲਟ ਆ ਰਹੇ ਨੇ। ਆਉਣ ਵਾਲੇ ਵਿੱਚ ਸੱਚ ਹੀ ਆਪਣੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਸਾਕਾਰ ਹੋਵੇਗਾ ਅਤੇ ਆਪਣਾ ਪੰਜਾਬ ਇੱਕ ਰੰਗਲਾ ਪੰਜਾਬ ਬਣੇਗਾ। ਧੰਨਵਾਦ। ਅਜੇ ਕੁਮਾਰ ਜੀ, ਕੀ ਕੰਮ ਲੈ ਕੇ ਆਏ? ਮੇਰੇ ਜਾਤੀ ਸਰਟੀਫਿਕੇਟ ਦਾ ਕੰਮ ਸੀਗਾ ਜੀ। ਸਰਕਾਰ ਦਾ ਮੈਂ ਧੰਨਵਾਦ ਕਰਦਾ, ਜਿਹੜੇ ਆਪਕੇ ਦੁਆਰ ਸਕੀਮ ਚੱਲੀ ਹੈ ਬਹੁਤ ਵਧੀਆ ਢੰਗ ਨਾਲ ਕੰਮ ਹੋ ਰਹੇ ਨੇ। ਸਾਰੇ ਅਲੱਗ ਅਲੱਗ ਮਹਿਕਮਿਆਂ ਦੇ ਬੂਥ ਬਣੇ ਹੋਏ ਨੇ, ਲੋਕ ਆ ਕੇ ਆਪਣਾ ਆਪਣਾ ਕੰਮ ਕਰਾ ਰਹੇ ਨੇ, ਵੱਖ ਵੱਖ ਕੰਮ ਹੋ ਰਹੇ ਨੇ। ਕਿਸੇ ਦਾ ਜਾਤੀ ਸਰਟੀਫਿਕੇਟ ਹੈ, ਕਿਸੇ ਦਾ ਆਧਾਰ ਕਾਰਡ ਦਾ ਕੋਈ ਕੰਮ ਹੈ, ਪੈਨਸ਼ਨ, ਵਿਧਵਾ ਪੈਨਸ਼ਨ, ਹੋਰ ਪੈਨਸ਼ਨਾਂ ਦੇ ਕੰਮ। ਮੇਰੇ ਕੰਮ ਨੂੰ 5 ਮਿੰਟ ਲੱਗੇ ਜੀ, ਸਿਰਫ 5 ਮਿੰਟਾਂ ਦੇ ਵਿੱਚ। ਮੈਂ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਕੰਮ ਬਹੁਤ ਜਲਦੀ ਨਾਲ ਕੰਮ ਕਰਿਆ।